ਐਵੇਂ ਝੂਠਾ ਬੇਰੋੜਾ ਪ੍ਰਚਾਰ ਕਰਕੇ ਸਾਰੇ ਜੈਂਟਸ ਖੜੇ ਆ ਲੇਡੀਜ਼ ਨੂੰ ਵਿੱਚ ਵੜਦੇ ਵੀ ਜਾ ਕਰਦੀ ਆ ਮੈਂ ਖੁਦ ਸੋਚ ਕੇ ਹੈਰਾਨ ਹੋ ਗਈ ਮੈਂ ਅੰਦਰ ਕਿੱਦਾਂ ਜਾਊਂਗੀ ਕਿੱਥੇ ਘੱਟੋ ਘੱਟ 5-7 ਪਟਵਾਰੀਆਂ ਦਾ ਕੰਮ ਆ ਇਸ ਕਰਕੇ ਇਹਨਾਂ ਨੇ ਪਲੀਜ਼ ਸਰ ਰਿਕਵੈਸਟ ਹੀ ਆ ਤੁਸੀਂ ਟੋਕਨ ਨੰਬਰ ਲਗਾ ਕੇ ਲਗਾਇਆ ਹੈ ਨਾ ਤਾਂ ਸਾਰਿਆਂ ਨੂੰ ਲਾਈਨਾਂ ਬਣਾ ਦਿਓ ਇਹ ਕਿੱਡਾ ਵੱਡਾ ਏਰੀਆ ਕਿੰਨੀ ਇੱਥੇ ਪੋਪੂਲੇਸ਼ਨ ਆ ਕਿੰਨਾ ਇੱਥੇ ਕੰਮ ਆ ਚੁੱਕਿਆ ਤੁਸੀਂ ਟੋਕਨ ਨੰਬਰ ਲਗਾ ਕੇ ਲਗਾਇਆ ਹੈ ਨਾ ਤਾਂ ਸਾਰਿਆਂ ਨੂੰ ਲਾਈਨਾਂ ਬਣਾ ਦਿਓ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਤੁਸੀਂ ਖੜੇ ਹੋ ਕੇ ਕਹਿ ਦਿਓ ਉਹਨਾਂ ਨੂੰ ਦੇਖ ਰਹੇ ਹੋ ਤੁਸੀਂ ਜਿਸ ਤਰ੍ਹਾਂ ਕੀ लोग पटवारखाने ਦੇ ਵਿੱਚ ਜਾਂਦੇ ਨੇ ਕਹਿੰਦੇ ਪਟਵਾਰੀ ਨਹੀਂ ਮਿਲਦੇ ਕਿਤੇ ਨਾ ਕਿਤੇ ਦਿੱਕਤ ਆ ਰਹੀ ਆ ਕਿਉਂਕਿ ਦੇਖਿਆ ਜਾਵੇ ਤਾਂ ਪਿੱਛੇ ਜੇ ਜਿਹੜੇ ਡੀਸੀ ਸਾਹਿਬ ਦੇ ਆਰਡਰ ਆਏ ਨੇ ਕਿ ਪਟਵਾਰੀ ਜਿਹੜੇ ਨੇ ਆਪਣੇ ਨਾਲ ਕੋਈ ਵੀ ਕੰਮ ਕਰਨ ਵਾਲਾ ਕਰਿੰਦਾ ਨਹੀਂ ਰੱਖ ਸਕਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕੰਮ ਕਰਾਉਣ ਨੂੰ ਲੈ ਕੇ ਦਿੱਕਤਾਂ ਪੈਦਾ ਹੋਈਆਂ ਪਰ ਪਟਵਾਰੀਆਂ ਦੀ ਇੱਕ ਪਾਸੇ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਇਕੱਲੇ ਇੰਨਾ ਵੱਡਾ ਸਰਕਲ ਨਹੀਂ ਸੰਭਾਲ ਸਕਦੇ ਕਾਰਨ ਕੀ ਨੇ ਅੱਜ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪਟਵਾਰੀ ਸਾਹਿਬ ਵੀ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਪਟਵਾਰਖਾਨਾ ਗਿੱਲ ਬੰਦ ਦੇ ਵਿੱਚ ਖੜੇ ਆ ਲੁਧਿਆਣੇ ਦੇ ਇੱਥੇ ਕਹੂੰਗਾ ਕੈਮਰਾਮੈਨ ਨੂੰ ਅੱਗੇ ਭਾਈ ਜੀ ਕੀ ਕਹਿਣਾ ਚਾਹੋਗੇ ਕੰਮ ਕਿਸ ਤਰ੍ਹਾਂ ਹੋ ਰਿਹਾ ਰਸ਼ ਬਹੁਤ ਜ਼ਿਆਦਾ ਕੀ ਲੱਗਦਾ ਕੁਛ ਹੋ ਪਾਊਗੇ ਕੰਮ ਕੰਮ ਤਾਂ ਹੋ ਰਿਹਾ ਜੀ ਗਿੱਲ 102 ਦੇ ਵਿੱਚ ਪਟਵਾਰੀ ਸਾਹਿਬ ਬੜੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਆ ਪਰ ਇਕੱਲਾ ਬੰਦਾ ਕਿੰਨਾ ਕੁ ਕੰਮ ਕਰ ਲੇਗਾ ਅੱਜੋ ਤਕਰੀਬਨ ਮੈਨੂੰ 11ਵਾਂ 12ਵਾਂ ਦਿਨ ਅੱਜ ਸਿਰਫ ਆਪਣਾ 30 ਸਾਲਾਂ ਕਢਵਾਉਣ ਦੇ ਚੱਕਰ ਵਿੱਚ ਇੱਕ ਰਿਕਾਰਡ ਨੇ ਆਇਆ ਦੂਸਰਾ ਹਰ ਆਦਮੀ ਇੱਕ ਸਵੇਰ ਟੋਕਨ ਸ਼ੁਰੂ ਹੋ ਗਏ ਪਹਿਲਾਂ 4-5 ਵਜੇ ਤੋਂ ਬੈਠ ਜਾਂਦੇ ਸੀ ਆ ਕੇ ਤੇ ਟਾਈਮ ਦਿਨ ਦੇ ਵਿੱਚ ਵੀ ਲੋਕ ਹੀ ਭੁਗਤਦੇ ਸੀ ਬਾਕੀ ਲੋਕ ਜਿੰਨੇ ਵੀ ਰਹਿ ਜਾਂਦੇ ਸੀ ਉਹ ਕੰਮ ਤੋਂ ਕਈਆਂ ਦੇ ਟੋਕਨਾਂ ਵਾਲੇ ਵੀ ਰਹਿ ਜਾਂਦੇ ਸੀ ਉਹਨਾਂ ਨੂੰ ਦੂਜੇ ਦਿਨ ਵੀ ਦੁਬਾਰਾ ਟੋਕਨ ਲੈਣਾ ਪੈਂਦਾ ਸੀ ਤਾਂ ਵੀ ਨਹੀਂ ਕੰਮ ਹੋ ਰਿਹਾ ਹੁਣ ਗੱਲ ਮੁੱਕਦੀ ਹੈ ਸਰਕਾਰ ਨੂੰ ਬੇਨਤੀ ਹੈ ਜੀ ਪਟਵਾਰੀ ਸਾਹਿਬ ਕੰਮ ਵਧੀਆ ਕਰ ਰਹੇ ਨੇ ਪਰ ਇਹਨਾਂ ਨੂੰ ਬੰਦਿਆਂ ਦੀ ਲੋੜ ਆ ਤਾਂ ਕਿ ਕੰਮ ਥੋੜਾ ਜਲਦੀ ਹੋਵੇ ਅਸੀਂ ਆਪਣੇ ਕੰਮ ਛੱਡ ਕੇ ਦਿਹਾੜੀਆਂ ਛੱਡ ਕੇ ਸਾਰਾ ਸਾਰਾ ਦਿਨ ਉਹਦੇ ਬੈਠੇ ਰਹੀਦਾ ਜੀ ਫਿਰ ਵੀ ਕੰਮ ਨਹੀਂ ਹੁੰਦਾ ਅਗਲੇ ਦਿਨ ਫਿਰ ਟੋਕਨ ਲਈ ਲਾਈਨ 'ਚ ਖੜਨਾ ਪੈਂਦਾ ਕੀ ਕਹਿਣਾ ਚਾਹੋਗੇ ਭੈਣ ਜੀ ਲੱਗਦਾ ਨਹੀਂ ਕਿ ਡੀਸੀ ਸਾਹਿਬ ਨੂੰ ਜਿਹੜਾ ਵਾ ਇਹ ਡੀਸੀ ਰੇਟ ਤੇ ਮੁੰਡੇ ਜਿਹੜੇ ਭਰਤੀ ਕਰ ਲੈਣੇ ਚਾਹੀਦੇ ਆ ਹਾਂਜੀ ਹਾਂਜੀ ਕਿਉਂਕਿ ਦੇਖਿਆ ਜਾਵੇ ਤਾਂ ਕੰਮ ਦਾ ਬਟਨ ਬਹੁਤ ਜ਼ਿਆਦਾ ਲੋਕ ਕਿੰਨੇ ਖੜੇ ਨੇ ਟੋਕਨ ਮੰਡੇ ਹੋਏ ਨੇ ਪਰ ਲੱਗਦਾ ਨਹੀਂ ਕਿ ਕੰਮ ਉਹਨਾਂ ਹੋ ਪਾਊਗਾ ਜੀ ਬਹੁਤ ਪਰੇਸ਼ਾਨੀਆਂ ਨੇ ਬਹੁਤ ਲੋਕ ਪਰੇਸ਼ਾਨ ਨੇ ਇਸ ਟਾਈਮ ਇਸ ਪਟਵਾਰੀ ਸਾਹਿਬ ਇਕੱਲੇ ਇਕੱਲੇ ਬੈਠੇ ਨੇ ਨੀਚੇ ਔਰ ਉੱਪਰ ਤੇ ਪਬਲਿਕ ਬਹੁਤ ਪਰੇਸ਼ਾਨ ਆ ਇਸ ਕਰਕੇ ਕੰਮ ਹੋ ਨਹੀਂ ਰਿਹਾ ਜੀ ਇਹਨਾਂ ਨੂੰ ਹੈਲਪ ਦੀ ਲੋੜ ਆ ਵੀ ਬੰਦੇ ਜਿਹੜੇ ਆ ਮਤਲਬ ਇਕੱਲੇ ਨੂੰ ਕੰਮ ਨਹੀਂ ਹੁੰਦਾ ਕਹਿ ਸਕਦੇ ਇਕੱਲੇ ਨੂੰ ਕੰਮ ਨਹੀਂ ਪਬਲਿਕ ਖੜੇ ਆ ਅੰਕਲ ਵੀ ਨਾਲ ਅੰਕਲ ਜੀ ਕੀ ਕਹੋਗੇ ਪਟਵਾਰੀ ਸਾਹਿਬ ਇਕੱਲੇ ਕੰਮ ਕਰਨ ਲੱਗੇ ਹੋਏ ਨੇ ਕੀ ਲੱਗਦਾ ਨੇ ਕਿ ਸਰਕਾਰ ਨੂੰ ਤੇ ਪ੍ਰਜਾਜਨ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਹੈਲਪਰ ਦੇਣ ਭਾਈ ਬੰਦੇ ਹੈ ਬੰਦਿਆਂ ਕਾਰਨ ਕੰਮ ਨਹੀਂ ਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਦਿਹਾੜੀ ਲੁੱਟਦੀ ਹੈ ਮੈਂ ਵੀ ਇੱਥੇ ਦੇਖੋ ਬਿਲਡ ਜ਼ਰੀਰ ਆ ਕੋਈ ਮਤਲਬ ਕੰਮ ਨਹੀਂ ਹੋ ਰਿਹਾ ਉਹ ਤਾਂ ਕਰ ਰਹੇ ਨੇ ਪਟਵਾਰੀ ਸਾਹਿਬ ਉਹ ਨੰਬਰ ਵਾਈ ਕਿੰਨਾ ਕੁ ਸਾਡਾ ਸਰਕਾਰ ਕਹਿੰਦੀ ਅਸੀਂ ਕਰਪਸ਼ਨ ਖਤਮ ਕਰਨੀ ਆ ਕਰਪਸ਼ਨ ਨੂੰ ਲੈ ਕੇ ਸਾਰਾ ਕੁਝ ਹੋ ਰਿਹਾ ਬੱਕੀ ਦਾ ਹੁਣ ਮੈਂ ਕੋਲ ਬਿਲਡ ਜ਼ਰੀਰ ਆ ਹੁਣ ਬਿਲਕੁਲ ਬਿਲਕੁਲ ਹੋਰ ਇੱਧਰ ਵੀਰ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਸਰਕਾਰ ਕਹਿੰਦੀ ਆ ਪ੍ਰਸ਼ਾਸਨ ਕਹਿੰਦਾ ਵੀ ਕਰਪਸ਼ਨ ਹੋਣ ਨਹੀਂ ਦੇਣੀ ਕੀ ਲੱਗਦਾ ਕਿ ਇਸ ਤਰ੍ਹਾਂ ਕਰਪਸ਼ਨ ਨੂੰ ਠੱਲ ਪਾਈ ਜਾ ਸਕਦੀ ਆ ਇਦਾਂ ਠੱਲ ਕਦੀ ਵੀ ਨਹੀਂ ਪੈ ਸਕਦੀ ਤੇ ਸਾਰੀ ਉਮਰ ਲੱਗੇ ਰਹੇ ਮਹੀਨਾ ਹੋ ਗਿਆ ਪਟਵਾਰੀਆਂ ਦੀ ਟ੍ਰਾਂਸਫਰ ਹੋਈ ਨੇ ਮਹੀਨੇ ਦੇ ਵਿੱਚ 54 ਨੰਬਰ ਅੱਜ ਲੱਗਿਆ ਜੀ 54 ਫਰਦਾ ਲੱਗਿਆ ਪੂਰੇ ਮਹੀਨੇ ਦੇ ਵਿੱਚ ਤੇ ਕੀ ਕੰਮ ਹੋਊਗਾ ਕੋਈ ਕੋਆਰਡੀਨੇਸ਼ਨ ਨਹੀਂ ਹੈ ਕੋਈ ਮੈਨੇਜਮੈਂਟ ਨਹੀਂ ਹੈ ਇਹਦੇ ਨਾਲ ਉਹਦਾ ਪ੍ਰਾਈਵੇਟ ਕਰਦੇ ਨੂੰ ਜ਼ਿਆਦਾ ਵਧੀਆ ਕੰਮ ਤਾਂ ਹੋਊਗਾ ਪਰਦਾ ਦਾ ਮਿਲਣ ਗਿਆ ਲੋਕਾਂ ਦੀਆਂ ਦਿਹਾੜੀਆਂ ਟੁੱਟਦੀਆਂ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਪਰੇਸ਼ਾਨੀ ਵੱਧਦੀ ਹੈ ਦਿਹਾੜੀਆਂ ਤਾਂ ਜਾਣੀਆਂ ਹੀ ਜਾਣੀਆਂ ਲੋਕਾਂ ਦੇ ਚੱਕਰ ਲੜਾਈ ਹੋ ਜਾਣੀ ਤੁਸੀਂ ਦੇਖ ਰਹੇ ਹੋ ਕਿੰਨੇ ਲੜਾਈਆਂ ਹੋਰ ਕੀ ਹੁੰਦਾ ਇਸ ਤੇ ਬਹਿਸ ਹੁੰਦੀ ਹੈ ਸਵੇਰੇ ਆ ਕੇ ਮੱਤਾ ਮਾਰੀ ਕਰੋ ਕੀ ਬੰਦਾ ਕੰਮ ਕਰੂਗਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੇ ਪ੍ਰੋਪਰਟੀ ਦੇ ਕੰਮ ਨੇ ਬਹੁਤ ਜ਼ਰੂਰੀ ਹੁੰਦੇ ਅਗਲੇ ਦੇ ਫਰਜ਼ ਜਿਹੜੀ ਆ ਰਜਿਸਟਰੀ ਕਰਾਉਣੀ ਇਮੀਡੀਏਟ ਵੀ ਚਾਹੀਦੀ ਆ ਇੱਥੇ ਟੋਕਨ ਕਰਕੇ ਮਿਲਦੀ ਨਹੀਂ ਦੋ ਦਿਨ ਹਾਂਜੀ ਹਾਂਜੀ ਰਜਿਸਟਰੀਆਂ ਬੰਦ ਹੋਈਆਂ ਪਈਆਂ ਜੀ ਰਜਿਸਟਰੀਆਂ ਤਾਂ ਹੋ ਨਹੀਂ ਰਹੀਆਂ ਅਜੇ ਇਦਾਂ ਦੀ ਮਤਲਬ 2 ਦਿਨ ਹੋ ਗਏ ਇਹਦੇ ਵੀ ਹਜੇ 55 ਟੋਕਨ ਹੀ ਚੱਲੀ ਜਾਂਦਾ ਸਾਡਾ 280 ਹੈ ਹਜੇ ਤੱਕ ਸਾਡੀ ਵਾਰੀ ਨਹੀਂ ਆਈ ਕਹਿਣ ਦਾ ਮਤਲਬ ਅਗਲੇ ਮਹੀਨੇ ਤੱਕ ਆ ਜੂਗੀ ਹਾਂ ਅਗਲੇ ਮਹੀਨੇ ਤੱਕ ਆ ਹੀ ਜਾਊ ਲੱਗਦਾ ਹੀ ਹੈ ਤਾਂ 3 ਮਹੀਨੇ ਲੱਗਣਗੇ ਸਾਨੂੰ ਹਾਂਜੀ ਹਾਂ ਸਰਦਾਰ ਜੀ ਕੀ ਕਹੋਗੇ ਲੋਕ ਪਰੇਸ਼ਾਨ ਨੇ ਸਰਕਾਰ ਨੇ ਕਿਹਾ ਸੀ ਤੁਹਾਨੂੰ ਅਸੀਂ ਲਾਈਨਾਂ 'ਚ ਨਹੀਂ ਲੱਗਣ ਦੇਵਾਂਗੇ ਤੁਹਾਡੇ ਕੰਮ ਘਰੇ ਬੈਠੇ ਹੋਣਗੇ ਸਰਕਾਰ ਨੂੰ ਜਿਹੜਾ ਸਿਸਟਮ ਬਣੇ ਸਰਕਾਰ ਨੂੰ ਇਹ ਸਿਸਟਮ ਬਣੇ ਪ੍ਰੋਪਰ ਵੀ ਹਰ ਇੱਕ ਚੀਜ਼ ਕੰਮ ਟਾਈਮ ਸਿਰ ਹੋਵੇ ਹਰ ਇੱਕ ਬੰਦਾ ਆਪਣਾ ਟਾਈਮ ਛੱਡ ਕੇ ਆਉਂਦਾ ਕੀਮਤੀ ਸਮਾਂ ਛੱਡ ਕੇ ਆਉਂਦਾ ਸਿਸਟਮ ਬਣੇ ਚਲੋ ਠੀਕ ਆ ਜਿਹੜੀ ਹੁੰਦੀ ਆ ਰਿਸ਼ਵਤ ਨੂੰ ਖੰਡ ਚੱਲ ਜਾਈਦਾ ਪੈਣੀ ਲੇਕਿਨ ਸਿਸਟਮ ਬਣੇ ਪ੍ਰੋਪਰ ਸਾਹਿਬ ਕਹਿੰਦੇ ਜਿਹੜੇ ਮੁੰਡੇ ਸੀਗੇ ਕੰਮ ਕਰਦੇ ਸੀ ਉਹ ਰਿਸ਼ਵਤਖੋਰੀ ਕਰਦੇ ਸੀ ਲੋਕਾਂ ਤੋਂ ਪੈਸੇ ਲੈਂਦੇ ਸੀ ਕੀ ਲੱਗਦਾ ਕਿ ਹੁਣ ਉਹ ਬੰਦ ਹੋ ਗਈ ਹੁਣ ਕੰਮ ਹੀ ਨਹੀਂ ਹੋ ਰਿਹਾ ਜੇ ਕੰਮ ਹੋ ਤਾਂ ਪੈਸੇ ਜਾਣਗੇ ਪਹਿਲਾਂ ਦਿਨ ਲੈਂਦੇ ਪੈਸੇ ਮਤਲਬ ਕਿ ਇਹਨਾਂ ਦਾ ਕਹਿਣਾ ਕਿ ਫੰਡਾ ਹੀ ਚੱਕਿਆ ਗਿਆ ਜਦ ਕੰਮ ਹੀ ਨਹੀਂ ਹੋਣੇ ਤਾਂ ਰਿਸ਼ਵਤ ਕਿੱਥੋਂ ਦੇਣੀ ਆ ਤਾਂ ਕਿੱਥੋਂ ਲੈਣੀ ਆ ਸੋ ਲੋਕਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਪਰੇਸ਼ਾਨੀ ਬਹੁਤ ਜ਼ਿਆਦਾ ਵਾ ਲਾਈਨਾਂ 'ਚ ਲੱਗਣਾ ਪੈਂਦਾ ਟੋਕਨ ਲੈਣੇ ਪੈਂਦੇ ਨੇ ਰਸ਼ ਜ਼ਿਆਦਾ ਹੋ ਜਾਂਦਾ ਪਟਵਾਰੀ ਜਿਹੜੇ ਨੇ ਇਕੱਲੇ ਕੰਮ ਕਰਦੇ ਨੇ ਕੋਈ ਨਾਲ ਸਹਾਇਕ ਨਹੀਂ ਹੈਗਾ ਜਿਹਦੇ ਕਰਕੇ ਪਰੇਸ਼ਾਨੀ ਹੋ
ਸਾਨੂੰ ਦੋ ਦੋ ਤਿੰਨ ਤਿੰਨ ਦਿਨ ਜਿਹੜੇ ਚੱਕਰ ਲਾਉਣੇ ਪੈਂਦੇ ਨੇ ਕੀ ਇਸ ਤਰ੍ਹਾਂ ਸਰਕਾਰ ਕਰਪਸ਼ਨ ਨੂੰ ਠੱਲ ਪਾ ਪਾਊਗੀ ਜਾਂ ਕੀ ਲੱਗਦਾ ਕਿ ਲੋਕਾਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਇਹ ਦੂਰ ਹੋ ਪਾਣਗੀਆਂ ਇਹਨਾਂ ਨੂੰ ਦੂਰ ਕੌਣ ਕਰੂਗਾ ਸੋ ਬਾਕੀ ਪਟਵਾਰੀ ਸਾਹਿਬ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਸਾਰੇ ਜੈਂਟਸ ਖੜੇ ਆ ਲੇਡੀਜ਼ ਨੂੰ ਵਿੱਚ ਵੜਦੇ ਵੀ ਜਾ ਕਾਂਦੀ ਆ ਮੈਂ ਖੁਦ ਸੋਚ ਕੇ ਹੈਰਾਨ ਹੋ ਗਈ ਮੈਂ ਅੰਦਰ ਕਿੱਦਾਂ ਜਾਊਂਗੀ ਬਿਲਕੁਲ ਬਿਲਕੁਲ इस करके इन्होंने जो प्लीज सर रिक्वेस्ट ही है तुसी टोकन नंबर लगा के लगाया है ना तो सारे नु लाइना बनवा दो प्लीज सारे नु रिक्वेस्ट है तुसी खड़े होके कह दो उन्होंने भी रिक्वेस्ट है तुसी अपनी लाइना बनवाओ असी थोड़ा काम करने नु तैयार हां बैठो एक बारी बैठ बैठो तो सही वीरे मैं तो कहना वेट तो करो ना लेडीज ਜਿਹੜਾ ਨਹੀਂ ਹੈਗਾ ਟੋਕਨ ਨੰਬਰ ਲਾ ਕੇ ਨਹੀਂ ਆਇਆ ਤੁਸੀਂ ਇਦਾਂ ਕਰੋ ਉਹਦੀ ਤੁਸੀਂ ਲਿਸਟ ਸਾਹਮਣੇ ਲਾਸਟ ਵਿੱਚ ਲਗਾ ਦਿਓ ਕਿਉਂਕਿ ਜਾ ਰਹੇ ਨੂੰ ਲੋਡ ਆ ਸਰ ਦੇਖੋ ਮੇਰੀ ਸੁਣੋ ਬਾਈ ਜੀ ਜਿਹੜੇ ਲੇਡੀਜ਼ ਆ ਜਾਂ ਕੋਈ ਹੈਂਡੀਕੈਪ ਆ ਜਾਂ ਕੋਈ ਜ਼ਿਆਦਾ ਬਜ਼ੁਰਗ ਇੱਕ ਸਵੇਰੇ ਇੱਕ ਬਜ਼ੁਰਗ ਆਏ ਜਿਨ੍ਹਾਂ ਦਾ ਫੂਡ ਪਾਈਪ ਦਾ ਆਪਰੇਟ ਹੋਇਆ ਉਹਨਾਂ ਦਾ ਅਸੀਂ ਪਹਿਲ ਦੇ ਆਧਾਰ ਤੇ ਕਰਕੇ ਦਿੱਤਾ ਅਸੀਂ ਵੀ ਸਮਝਦੇ ਹਾਂ ਪਬਲਿਕ ਦੀ ਮਜਬੂਰੀ ਆ ਅਸੀਂ ਪਬਲਿਕ ਦੀ ਮਜਬੂਰੀ ਸਮਝਦੇ ਹਾਂ ਜਿੱਦਾਂ ਲੇਡੀਜ਼ ਨੇ ਜਿੱਦਾਂ ਇਹ ਲੇਡੀਜ਼ ਖੜੇ ਆ ਹੁਣ ਇਹਨਾਂ ਦਾ ਪਹਿਲ ਦੇ ਆਧਾਰ ਤੇ ਅਸੀਂ ਕਰਾਂਗੇ ਜੀ ਉੱਥੇ ਸਾਨੂੰ ਟੋਕਨ ਤੋਂ ਵੀ ਹਟ ਕੇ ਚੱਲਣਾ ਪੈਂਦਾ ਫਿਰ ਠੀਕ ਹੈ ਤਾਂ ਇਹ ਹਕੀਕਤ ਆ ਜੀ ਇਹ ਸੱਚ ਵਾ ਲੋਕਾਂ ਦਾ ਲੜਨਾ ਲੋਕਾਂ ਦਾ ਕਲਪਨਾ ਇਹ ਬਿਲਕੁਲ ਜਾਇਜ਼ ਆ ਕਿਉਂਕਿ ਆਪਣੇ ਕੰਮ ਕਾਰ ਛੱਡ ਕੇ ਆਏ ਹੋਏ ਨੇ ਦਿਹਾੜੀਆਂ ਤੋੜੀਆਂ ਨੇ ਟੋਕਨ ਨੰਬਰ ਲੱਗੇ ਨੇ ਪਰ ਕਹਿੰਦੇ ਟੋਕਨਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਕਿੱਥੇ ਟੋਕਨ ਆ ਸਾਨੂੰ ਜਿਹੜੇ ਸਾਡੇ ਕੰਮ ਪ੍ਰੋਪਰ ਨਹੀਂ ਹੋ ਰਹੇ ਹੈਗੇ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਪਟਵਾਰੀ ਸਾਹਿਬ ਦੋ ਮਿੰਟ ਦੇ ਦਿਓ ਸਾਨੂੰ ਟਾਈਮ ਕੀ ਕਹਿਣਾ ਚਾਹੋਗੇ ਰਸ਼ ਬਹੁਤ ਜ਼ਿਆਦਾ ਟੋਕਨ ਸਿਸਟਮ ਕਰਤਾ ਇਹ ਕੰਮ ਕਿਸ ਤਰ੍ਹਾਂ ਲੋਕਾਂ ਦੇ ਪੂਰੇ ਹੋਣਗੇ ਕੀ ਲੱਗਦਾ ਨੇ ਕਿ ਸਾਰੇ ਐਲੀਕੇਸ਼ਨ ਤੁਹਾਡੇ 'ਤੇ ਆ ਰਹੇ ਨੇ ਅਤੇ ਕੋਈ ਸਾਡੀ ਤਾਂ ਸਰਕਾਰ ਨਾਲ ਪਹਿਲਾਂ ਵੀ ਇਹ ਡਿਮਾਂਡ ਸੀ ਕਿ ਇੱਥੇ ਘੱਟੋ ਘੱਟ 5-7 ਪਟਵਾਰੀਆਂ ਦਾ ਕੰਮ ਆ ਇਹ ਕਿੱਡਾ ਵੱਡਾ ਏਰੀਆ ਕਿੰਨੀ ਇੱਥੇ ਪਾਪੂਲੇਸ਼ਨ ਆ ਕਿੰਨਾ ਇੱਥੇ ਕੰਮ ਵੱਧ ਚੁੱਕਿਆ ਮਹਿਮੂਦਪੁਰੇ ਦੀ ਅੱਜ ਤੋਂ 10 ਸਾਲ ਪਹਿਲਾਂ ਵੋਟਾਂ 400 ਸੀ ਜੀ ਅੱਜ ਉੱਥੋਂ ਦੀ ਵੋਟਾਂ ਨੇ ਜਿਹੜੀਆਂ 1200 ਆ ਕੀ ਜੇ ਇੱਕ ਪਿੰਡ ਦੀਆਂ ਵੋਟਾਂ 3 ਗੁਣਾ ਹੋ ਗਈਆਂ ਤਾਂ ਇੱਥੇ ਪਟਵਾਰੀਆਂ ਦੀ ਗਿਣਤੀ ਨਹੀਂ ਸੀ ਵਧਾਉਣੀ ਚਾਹੀਦੀ ਸਰਕਾਰ ਨਾਲ ਸਾਡੀ ਡਿਮਾਂਡ ਹੀ ਇਹ ਹੈ ਕਿ ਪਟਵਾਰੀਆਂ ਦੀ ਗਿਣਤੀ ਵਧਾਓ ਇੱਥੇ ਜੇ ਹੁਣ ਇਕੱਲੇ ਬੈਠ ਕੇ ਕੰਮ ਕਰਨਾ ਅਸੀਂ ਸੀਐਮ ਸਾਹਿਬ ਦੇ ਹੁਕਮਾਂ ਮੁਤਾਬਕ ਬਿਲਕੁਲ ਇਮਾਨਦਾਰੀ ਦੇ ਕੰਮ ਕਰ ਰਹੇ ਹਾਂ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਕੋਈ ਪ੍ਰਾਈਵੇਟ ਮੁੰਡਾ ਦਫ਼ਤਰਾਂ ਦੇ ਵਿੱਚ ਨਹੀਂ ਇਕੱਲੇ ਹੀ ਕੰਮ ਕਰ ਰਹੇ ਹਾਂ ਤਾਂ ਫਿਰ ਟੋਕਨ ਦੇ ਸਿਸਟਮ ਦੇ ਨਾਲ ਹੀ ਇਹ ਕੰਮ ਚੱਲਣਾ ਜਿਹਨੂੰ ਜਿਹਦੀ ਵਾਰੀ ਆ ਰਹੀ ਹੈ ਉਹਦਾ ਕੰਮ ਕਰਕੇ ਦੇ ਰਹੇ ਹਾਂ ਦੋ ਪਿੰਡ ਨਾਲ ਕੰਪਿਊਟਰਾਈਜ਼ ਨੇ ਗਿਲਵਾਨ ਦੇ ਨਾਲ ਮਹਿਮੂਦਪੁਰਾ ਅਤੇ ਮਾਨਕਵਾਲ ਉਹਨਾਂ ਦੇ ਕੰਮ ਕਰਨ ਦੇ ਲਈ ਜਦੋਂ ਤਹਿਸੀਲ ਦੇ ਵਿੱਚ ਕੰਪਿਊਟਰ 'ਤੇ ਜਾਣਾ ਤਾਂ ਇੱਥੇ ਲਿਖ ਕੇ ਲਾ ਕੇ ਜਾਂਦੇ ਹਾਂ ਇਹ ਮਹੀਨਾ ਸਾਡਾ ਗਰਦਾਵਰੀ ਦਾ ਚੱਲ ਰਿਹਾ ਗਰਦਾਵਰੀ ਵੀ ਜਿਹੜਾ ਇੱਕ ਕਰੂਸ਼ਲ ਪਾਰਟ ਆ ਲੈਂਡ ਰਿਕਾਰਡ ਦਾ ਕਿਸਾਨਾਂ ਨੂੰ ਜਿਹੜੀਆਂ ਫਸਲਾਂ ਦਾ ਬੈਂਕ ਖਾਤਿਆਂ ਦੇ ਵਿੱਚ ਰੁਪਏ ਆਉਣੇ ਆ ਉਹ ਗਰਦਾਵਰੀ ਕਰੀ ਤੋਂ ਮੁਕੰਮਲ ਮੰਨਗੇ ਵੀ ਗਰਦਾਵਰੀ ਚੱਲਦੀ ਪਈ ਆ ਉਹਦਾ ਕੰਮ ਆ ਲੋਕਾਂ ਦੀ ਇਹ ਵੀ ਸ਼ਿਕਾਇਤ ਆ ਕਿ ਤੁਸੀਂ 9 ਵਜੇ ਤੋਂ ਲੈ ਕੇ 11 ਵਜੇ ਤੱਕ ਬਹਿੰਦੇ ਹੋ ਜਦੋਂ ਤੱਕ ਸਾਡੀ ਵਾਰੀ ਹੁੰਦੀ ਆ ਪਟਵਾਰੀ ਸਾਹਿਬ ਇੱਥੋਂ ਤਿੱਤਰ ਬਿੱਤਰ ਹੋਏ ਹੁੰਦੇ ਨੇ ਦੇਖੋ ਜੀ ਵੈਸੇ ਤਾਂ ਗਰਦਾਵਰੀ ਦਾ ਮਹੀਨਾ ਇਦਾਂ ਦਾ ਹੁੰਦਾ ਕਿ ਸਾਰਾ ਦਿਨ ਪੂਰਾ 1 ਤਰੀਕ ਤੋਂ ਲੈ ਕੇ ਅਕਤੂਬਰ ਦੀ ਅਖੀਰਲੀ ਤਰੀਕ ਤੱਕ ਗਰਦਾਵਰੀ ਕਰਨੀ ਹੁੰਦੀ ਹੈ ਫੀਲਡ ਦੇ ਵਿੱਚ ਅਕੋਰਡਿੰਗ ਟੂ ਲੈਂਡ ਰਿਕਾਰਡ ਮੈਨੂਅਲ ਪਰੰਤੂ ਮੈਂ ਤਾਂ ਫਿਰ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪਬਲਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ 9 ਤੋਂ ਜਿੰਨਾ ਵੀ ਦੁਪਹਿਰ ਤੱਕ ਸਮਾਂ ਇੱਥੇ ਬੈਠ ਕੇ ਕੰਮ ਕਰਨ ਦੀ ਕੋਸ਼ਿਸ਼ ਕਰੀਦੀ ਆ ਪੂਰੀ ਆਪਣੀ ਕਪੈਸਿਟੀ ਤੋਂ ਵੀ ਵੱਧ ਕੇ ਕੰਮ ਕਰੀਦਾ ਹੈ ਤੇ ਇਦੋਂ ਬਾਅਦ ਗਰਦਾਵਰੀ ਦੇ ਲਈ ਫੀਲਡ ਦੇ ਵਿੱਚ ਜਾਣਾ ਸਾਹਿਬ ਮੰਨ ਲੈਣੇ ਤੁਸੀਂ ਗਰਦਾਵਰੀ ਕਰਦੇ ਹੋ ਤੁਹਾਨੂੰ ਹੋਰ ਵੀ ਕੰਮ ਹੋਣਗੇ ਪਰ ਜਿਹੜੀ ਹੁਣ ਇੰਨੀ ਜਨਤਾ ਆਈ ਆ ਕਿ ਲੱਗਦਾ ਕਿ 9 ਵਜੇ ਤੋਂ ਲੈ ਕੇ 11 ਵਜੇ ਤੱਕ ਇਹਨਾਂ ਦੇ ਜਿਹੜੇ ਕੰਮ ਆ ਪੂਰੇ ਹੋ ਪਾਣਗੇ ਉਹ ਨਹੀਂ ਕੰਮ ਹੀ ਇੰਨਾ ਜ਼ਿਆਦਾ ਆ ਜੀ ਦੇਖੋ ਓਬਵੀਅਸਲੀ ਆ ਫਿਰ ਪਬਲਿਕ ਨੂੰ ਵਾਪਸ ਮੁੜਨਾ ਪੈਂਦਾ ਬਿਲਕੁਲ ਮੇਰੀ ਵੀ ਮਜਬੂਰੀ ਆ ਮੈਂ ਜਿੰਨਾ ਕੰਮ ਕਰ ਸਕਦਾ ਉਸ ਤੋਂ ਵੱਧ ਕੇ ਕਰ ਰਿਹਾ ਤਾਂ ਮੈਂ ਪਬਲਿਕ ਦੀ ਵੀ ਮਜਬੂਰੀ ਸਮਝ ਸਕਦਾ ਪਬਲਿਕ ਨੂੰ ਵੀ ਆਪਣੇ ਕੰਮਾਂ ਲਈ ਲੋੜ ਲਈ ਸਾਰਾ ਜੋ ਕਾਗਜ਼ਾਤ ਨੇ ਜੋ ਡਾਕੂਮੈਂਟ ਨੇ ਉਹ ਚਾਹੀਦੇ ਨੇ ਕੋਈ ਫਰਦਾਂ ਚਾਹੀਦੀਆਂ ਕਿਸੇ ਨੇ ਇੰਤਕਾਲ ਕਰਵਾਉਣਾ ਪਰੰਤੂ ਹੁਣ ਜੇ ਦੇਖੀਏ ਤਾਂ ਫਿਰ ਇੱਥੇ ਇੱਕ ਇਕੱਲਾ ਬੰਦਾ ਤਾਂ ਤੁਸੀਂ ਆਪ ਹੀ ਸਮਝ ਸਕਦੇ ਕਿਹਦੀ ਲੱਗਦੀ ਆ ਇੱਥੇ ਸਰਕਾਰ ਦੀ ਕਮੀ ਆ ਪ੍ਰਸ਼ਾਸਨ ਦੀ ਕਮੀ ਆ ਕਿ ਤੁਹਾਡੇ ਨੂੰ ਤੁਹਾਨੂੰ ਪ੍ਰੈਸ਼ਰਾਈਜ਼ ਹੀ ਇੰਨਾ ਕੀਤਾ ਗਿਆ ਕਿ ਕਰਪਸ਼ਨ ਨੂੰ ਖਤਮ ਕਰਨੀ ਆ ਤੇ ਪਟਵਾਰੀਆਂ ਤੇ ਸਾਰਾ ਬੋਝ ਪਾ ਦਿਓ ਨਹੀਂ ਅਸੀਂ ਤਾਂ ਜੀ ਵੈਲਕਮ ਕਰਦੇ ਹਾਂ ਵੀ ਜੇ ਕਰਪਸ਼ਨ ਖਤਮ ਹੋਵੇ ਪਰੰਤੂ ਇੱਕ ਹੱਥ ਦੇ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਤਾਂ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਜੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਇੱਥੇ ਪੋਸਟਾਂ ਕਿਉਂ ਨਹੀਂ ਵਧਾਈਆਂ ਜਾ ਰਹੀਆਂ ਕਿਉਂ ਨਹੀਂ ਇੱਥੇ 5-6 ਪਟਵਾਰੀ ਲਾਏ ਜਾ ਰਹੇ ਇਹ ਸਰਕਲ ਜਿਹੜਾ ਗਿੱਲ 1 ਗਿੱਲ 2 ਆ ਨੀਚੇ ਪ੍ਰਧਾਨ ਜੀ ਬੈਠੇ ਨੇ ਤੁਸੀਂ ਉਹਨਾਂ ਕੋਲ ਦੇਖੋ ਕਿੰਨਾ ਰਸ਼ ਆ ਮੇਰੇ ਕੋਲ ਨਾਲ 2 ਪਿੰਡ ਹੋਰ ਨੇ ਜੀ ਜਿਹੜੇ ਕੰਪਿਊਟਰਾਈਜ਼ ਨੇ ਕਿਉਂ ਨਹੀਂ ਇਹਦੇ 'ਤੇ ਗੌਰ ਕੀਤੀ ਜਾ ਰਹੀ ਕਿਉਂ ਨਹੀਂ ਇੱਥੇ ਇਹ ਸਰਕਲ ਨੂੰ ਤੋੜ ਕੇ ਸਰਕਲਬੰਦੀ ਕਰਕੇ ਇੱਥੇ ਪੋਸਟਾਂ ਵਧਾਈਆਂ ਜਾ ਰਹੀਆਂ ਇਹੋ ਸਾਡੀ ਡਿਮਾਂਡ ਆ ਵੀ ਪੋਸਟਾਂ ਵਧਾਓ ਉਲਟਾ ਸਰਕਾਰ ਨੇ ਤਾਂ 1056 ਪੋਸਟਾਂ ਹੀ ਖਤਮ ਕਰਤੀਆਂ ਸੀ ਐਮ ਸਾਹਿਬ ਨੇ 4716 ਮਨਜ਼ੂਰਸ਼ੁਦਾ ਪੋਸਟਾਂ ਨੇ ਜੋ ਪੰਜਾਬ ਦੇ ਵਿੱਚ ਨੇ ਅਸੀਂ ਕੰਮ ਕਰ ਰਹੇ ਹਾਂ ਜੀ 1522 ਬੰਦੇ ਸਰਕਾਰ ਨੇ ਸੀਐਮ ਸਾਹਿਬ ਨੇ ਜੋੜ ਤੋੜ ਕਰਕੇ ਪੋਸਟਾਂ 3660 ਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਕਹਿ ਦਿੱਤਾ ਜੀ ਪਟਵਾਰੀ ਤਾਂ ਅਸੀਂ ਪੂਰੇ ਕਰ ਦੇਣੇ ਉਹ ਤਾਂ ਠੀਕ ਆ ਮੰਨਦੇ ਆ ਤੁਹਾਡੀਆਂ ਮੰਗਾਂ ਵੀ ਨੇ ਸਰਕਾਰ ਆਪਣੇ ਵੱਲੋਂ ਕਰਦੀ ਪਈ ਆ
लगता नहीं भी सरकार भी हड़तालों लैके ये चीज़ा करती सी, पर हुण जी अज की सिचुएशन की गल की जाए तो जोड़े नौजवान तुम पहले प्राइवेट रखते सके जे तो की लगता नहीं कि इन्हों डीसी रेट से रख लिता जाए जिन्हों लोगों के काम भी हो जाए तो पटवारियों को भी सौखा हो जाए। देखो पहली डिमांड तो साड़ी यह आ कि सर्कल नूं तोड़ के इत्थे पोस्टां वधाईया जाण, इत्थे वध पटवारी लाए जाण, ठीक है जी। दूजा जिहड़ा लैंड रिकॉर्ड मैनुअल दे अकॉर्डिंग सहायक पटवारी आ उह सरकार देखे भी उन्होंने सहायक पटवारी दे लई जिहड़ा लैंड रिकॉर्ड मैनुअल दे विच पैरा गा वह बहाल करना जां नहीं करना, इह तां सरकार देखे ते प्रशासन देखे ते पब्लिक हितां नूं देखदे होए इत्थे पटवारियों नूं गिनती नूं वधाया जावे ते जां सहायक पटवारियों दी इत्थे परमिशन दित्ती जावे जी। नौजवान जेडे पहला काम करते डीसी रेट रख दो, पटवारी खुद भी कोई एफर्ट नहीं करते, पटवारियों भी तो चाहिए ना। मैं प्रधान थोड़े भी थोड़े जो प्रधान ने उन्होंने भी क्वेश्चन किया क्यों नहीं मंग पत्र देंगे, वो कहते साडे जिहड़े असी पहला मंग पत्र दिते ने जां जिहड़े साडे रूल रेगुलेशन दे विच आंदे उहदे च दूजे नंबर पहरे दे विच इन्हां दा पाया होया कि वह पाउणा ही कल्ला जायज़ा जां उन्हां ते मंग करनी भी जरूरी है। देखो जी 5 अगस्त 2023 नूं साडी सूबा पद्धरी कमेटी की जिहड़ी मीटिंग हुई सी उस च असी फैसला होया सी वी जिहड़े मंग चार्टर ने साडियां 12 मंगां ने 11-12 मंगां जो लगभग पंजाब पार्टी के मते ते ने वो पंजाब दे कल्ले कल्ले MLA 92 MLA आम आदमी पार्टी दे, बाकी जो भी ओपोजिशन पार्टियां जां जिहड़ियां दूसरियां पार्टियां दे MLA ने 117 दे 17 MLA नूं असीं मंग पत्र दित्ते ने, जिन्हें MP ने मैंबर पार्लीमेंट साहिबान उन्हां नूं मंग पत्र दित्ते ने। इदू बाद 19 तरीक नूं धूरी मुकाम दे उत्ते असीं रैली कीती आ CM साहब दे दफ्तर दे बाहर, उहदे च वी असीं इहो गल मंग रखी कि जिहड़ियां साडियां जायज़ मंगां ने उहनां ते आ के साडे नाल टेबल टॉक ते गल कीती जावे। जदों सानूं मीटिंगां मिलियां इदू बाद CM साहब मीटिंग तो ऐन पहला मीटिंग कैंसल करके SMA ला आंदे ने, जिहड़ा कि मैनू लगदा मुलाजमान ने भी पहली बार सुनिया होना भी SMA नाम की कोई चीज़ आ। उहदे च की होया भी SMA ला दिता गया भी, इह उहदे च बहाना की बनाया गया कि पटवारियों ने हड़ताल करती, पटवारियों ने हड़ां का काम बंद करता। CM साहब ने यह कह के SMA थोपिया मुलाजमान से, परंतु मैं तुहाडे माध्यम के जरिए यह गल क्लीयर करनी चाहुंदा कि जिन्हें 7-8 ज़िलों के हड़ां का काम हड़ां नाल प्रभाव सी उत्थे CM साहब खुद कह रहे हैं ना भी असी मुआवजा दे चुके हैं, तो जे पटवारियों ने मुआवजा लिस्टा तैयार करके दित्तियां तां ही मुआवजा वंडिया गया। तो इको बेलोड़ा फजूल प्रचार करके किसी एक धिर नूं बदनाम करना, मुलाजमान नूं बदनाम करना, पटवारियों का शोषण करना, सोशल मीडिया से जाके तनखाहां बारे गलत प्रचार करना कि 1.5-1.5 लाख तनखा लेंदे आ, साडियां स्टेटमेंटां चैक करो जी बैंकां दी किन्नी तनखा साडी, एवें झूठा बेलोड़ा प्रचार करके ये जड़ा सारा ताना बाणा लजाया गया। असी टेबल टॉक लई तैयार हाँ, साडियां मंगां दे विच बिल्कुल जिहड़ियां जायज़ मंगां असी टेबल टॉक लई सरकार नूं बहुत बारी असी लिख चुके हाँ, मेल कर चुके हाँ, परंतु सरकार वल्लों कोई भी हाँ पक्की हुंगारा जिहड़ा अजे तक नहीं आ रहा, तो उहदा खमियाजा देखो पब्लिक नूं भी भुगतना पै रहा ते सारे साडे जिहड़े सिस्टम आ उह इक गड़बड़ाया होया। बिल्कुल समा भी घट आ, लोग खड़े ने, एक सिर्फ एक सवाल होर लवेंगे। कल MLA कुलवंत सिंह सिद्धू आए थे उरे, दफ्तर बंद सीगा, सारा चैक करके गए ने, कोई रेड नहीं सी उन्हां दी, सिर्फ चैक करन आए सी कि थोनू फोन आया की गलबात हुई आ, की कहोगे उहदे बारे? देखो जी MLA साहब दा फोन आया सी मैनू, मैं पहला भी बार लिख के ला चुकिया कि 9 तो 11 दफ्तर दे काम कीते जाणगे, 11 बजे तो बाद जिहड़ी मौके ते जाके पिंड दे विच गिरदावरी की जाऊगी, तो मैं उस समय गिरदावरी करन गया होया सी, फिर भी मैं 1:30 बजे तक दफ्तर दे विच बैठा गिरदावरी करन तो बाद, अज मैं सवेरे फिर 9:45 बजे मैं दफ्तर दे विच पहुँच गया, तो अज सवेर दे ही बैठे हैं इत्थे काम कर रहे हैं। इस तो बाद जिहड़ा गिरदावरी करनी आ वह फिर सानू जाना ही आ, गिरदावरी का महीना गिरदावरी करनी एक बहुत इंपोर्टेंट क्रूशल जिहड़ा रिकॉर्ड का हिस्सा है, तो मैं MLA साहब नूं मैं खुद दस्या भी गिरदावरी चल रही है जी, गिरदावरी भी करनी है तो पब्लिक के काम भी करने। बिल्कुल धन्यवाद धन्यवाद। सो ये सन पटवारी दिलवान दे दिलराज जी जिन्हां नाल गलबात की, उन्हां दा कहना कि मुश्किल जरूर ने, असी लगे हुए हाँ, जिहड़ा गोदावरियां दा काम भी जरूरी आ वह कर रहे हैं जिसे करके सानू जिहड़ा समां घट मिलता, तो लोगों ने लाइन से टोकन तुसीं देखे ने कि लाइना किड्डियां लंबिया ने, तो टोकन भी कहिंदे 256 तक साडे लगे ने, पर काम जिहड़े साडे हैगे सानू लेट आ।